आम आदमी पार्टी ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਤੇ ਪਿੰਡ ਥਰੀਕੇ ਦੀ ਟੀਮ ਦੀ ਨਿਗਰਾਨੀ ਹੇਠ ਪਿੰਡ ਦੇ ਆਂਗਨਵਾੜੀ ਅੰਦਰ ਚੱਲ ਰਹੇ ਕੈਂਪ ਵਿੱਚ ਪੱਖੇ ਕੰਪਿਊਟਰ ਚਲਾਉਣ ਲਈ ਬਿਜਲੀ ਦੇ ਟਰਾਂਸਫਾਰਮਰ ਤੋਂ ਲਗਾਈ ਗਈ ਸਿੱਧੀ ਕੁੰਡੀ। ਇਸ ਸੰਬੰਧ ਵਿੱਚ ਜਦੋਂ ਮੌਕੇ ਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੁੰਡੀ ਲਗਾਉਣ ਸੰਬੰਧੀ ਤਾਂ ਗੱਲ ਮੰਨੀ, ਪਰ ਸਾਰੀ ਗੱਲ ਹਲਕਾ ਵਿਧਾਇਕ ਸਰਦਾਰ ਜੀਵਨ ਸਿੰਘ ਸੰਗੋਵਾਲ ਤੇ ਸੁੱਟਦੇ ਦਿਖਾਈ ਦਿੱਤੇ। ਮੌਕੇ ਤੇ ਜਦੋਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਫੋਨ ਲਗਾਇਆ ਗਿਆ ਤਾਂ ਉਹਨਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਮੌਕੇ ਤੇ ਸਮਾਜ ਸੇਵੀ ਗਗਨਦੀਪ ਸਿੰਘ ਥਰੀਕੇ ਪਹੁੰਚੇ। ਉਹਨਾਂ ਆਮ ਆਦਮੀ ਪਾਰਟੀ ਦੇ ਪ੍ਰਬੰਧਕਾਂ ਵੱਲੋਂ ਕੈਂਪ ਵਿੱਚ ਬਿਜਲੀ ਦੀ ਸਪਲਾਈ ਸਿੱਧੀ ਟਰਾਂਸਫਾਰਮਰ ਤੋਂ ਚਲਾਉਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਰਿਪੋਰਟ ਸੀਟੀ ਲਾਈਵ ਚੈਨਲ ਲੁਧਿਆਣਾ। ਮੇਰਾ ਨਾਮ ਸਤਿੰਦਰ ਰਾਏ ਹੈ। ਜਤਿੰਦਰ ਜੀ, ਤੁਸੀਂ ਅੱਜ ਇੱਥੇ ਥਰੀਕੇ ਪਿੰਡ ਦੇ ਵਿੱਚ ਆਂਗਨਵਾੜੀ 'ਚ ਬੈਠੇ ਹੋ, ਕੀ ਕਰ ਰਹੇ ਹੋ? ਯਹਾਂ ਪੇ ਵੋਟਰ ਆਈ ਡੀ ਕਾਰਡ ਔਰ ਆਧਾਰ ਕਾਰਡ ਅਪਡੇਟ ਕਰ ਰਹੇ ਹਾਂ ਜੀ। ਓਕੇ, ਅਤੇ ਇੱਕ ਹੋਰ ਗੱਲ ਦਾ ਚਾਨਣਾ ਪਾਓ, ਇੱਥੇ ਸਾਨੂੰ ਕਿਤੇ ਵੀ ਸਿਟੀ ਲਾਈਵ ਦੀ ਟੀਮ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਨਜ਼ਰ ਆਇਆ, ਸਿੱਧਾ ਡਾਇਰੈਕਟ ਤੁਸੀਂ ਟਰਾਂਸਫਾਰਮਰ ਤੋਂ? ਨਹੀਂ, ਟਰਾਂਸਫਾਰਮਰ ਤੋਂ ਲੱਗੀ ਹੋਈ ਹੈ ਕੁੰਡੀ ਸਿੱਧੀ ਬਿਜਲੀ ਦੀ, ਅਤੇ ਤੁਸੀਂ ਇਸ ਸੰਬੰਧ ਦੇ ਵਿੱਚ ਪਰਮਿਸ਼ਨ ਕਿਸ ਤੋਂ? ਪਰਮਿਸ਼ਨ ਤੋਂ ਮੈਡਮ, ਯਹਾਂ ਪੇ ਤੋ ਬਿਜਲੀ ਕੀ ਵਿਵਸਥਾ ਹੋਣੀ ਚਾਹੀਏ, ਤਾਂ ਕਿ ਕਈ ਵਾਰੀ ਕੈਂਪ ਜਾਂ ਕੋਈ ਸੋਸ਼ਲ ਐਕਟੀਵਿਟੀਜ਼ ਵਗੈਰਾ ਹੋਤੀ ਹੈ ਪਿੰਡ ਕੇ ਅੰਦਰ ਮੈਂ ਹੈ, ਤੋ ਯਹਾਂ ਪੇ ਬਿਜਲੀ ਕੀ ਕਨੈਕਸ਼ਨ ਤੋ ਹੋਣੀ ਚਾਹੀਏ। ਆਪ ਇੱਕ ਵਾਰ ਦੁਬਾਰਾ ਆਪਣਾ ਨਾਮ ਬਤਾਏਂਗੇ? ਸਤਿੰਦਰ ਰਾਏ। ਸਤਿੰਦਰ ਜੀ, ਆਪਣੇ ਬੋਲਾ ਬਿਜਲੀ ਕਾ ਕਨੈਕਸ਼ਨ ਹੋਣਾ ਚਾਹੀਏ, ਲੇਕਿਨ ਮੇਰਾ ਸਵਾਲ ਆਪਕੋ ਯੇ ਹੈ ਕਿ ਆਪਨੇ ਯਹਾਂ ਪਰ ਕਿਸਕੀ ਪਰਮਿਸ਼ਨ ਸੇ ਡਾਇਰੈਕਟ ਕੁੰਡੀ ਲਗਾ ਕੇ ਯਹਾਂ ਪਰ ਫੈਸਿਲਿਟੀ ਲਈ, ਕੈਂਪ ਕੇ ਲੀਏ, ਆਧਾਰ ਕਾਰਡ ਬਨਵਾਨੇ ਕੇ ਲੀਏ? ਕੁੰਡੀ ਤੋ ਡਾਇਰੈਕਟ ਨਹੀਂ ਲਗਾਈ ਹੋਈ ਹੈ, ਕੁੰਡੀ ਡਾਇਰੈਕਟ ਨਹੀਂ ਲਗਾਈ ਹੋਈ ਹੈ। ਅਗਰ ਆਪ ਮੇਰੇ ਸਾਥ ਆਈਏ, ਮੈਂ ਆਪਕੋ ਦਿਖਾ ਦੇਤੀ ਹੂੰ, ਆਪਕੀ ਤਾਰ ਜੋ ਹੈ ਵੋ ਡਾਇਰੈਕਟ ਟ੍ਰਾਂਸਫਾਰਮਰ ਕੇ ਸਾਥ ਅਟੈਚ ਹੋਈ ਹੈ, ਹਮਨੇ ਵੀਡੀਓ ਮੇਂ ਕੈਚ ਕੀਆ ਹੈ। नहीं नहीं नहीं, हम चेक करवा देते हैं आपको जी। हम ही आपको वीडियो चेक करवा देते हैं ना? हाँ, चेक करा देते हैं जी, आ जाओ। नहीं, देखिए, आपके यहाँ पे पंखा चल रहा है, ठीक है? तो हम तो उस कुंडी की बात कर रहे हैं जो डायरेक्ट ट्रांसफार्मर के साथ लगी हुई है। आप तो मुझे अपने लैपटॉप की कुंडी का मत बताइए ना, लैपटॉप की तो हमें जानकारी दी आपके पास खड़े व्यक्ति ने के घर से है। लेकिन इसके लिए तो मेरे को इसके बारे में कोई नॉलेज नहीं। आप किसकी परमिशन से यहाँ पर कैंप लगा रहे हैं? एक मिनट, आप किसकी परमिशन से यहाँ बैठे? सर की परमिशन है जी। आप ਤੁਹਾਡੇ ਕੋਲ ਕੀ ਅਹੁਦਾ ਹੈ ਕਿ ਤੁਸੀਂ ਆਂਗਨਵਾੜੀ ਦੇ ਵਿੱਚ ਆਧਾਰ ਕਾਰਡ ਦੇ ਸਟਾਫ ਨੂੰ ਬਿਠਾਇਆ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੰਜੀਤ ਹੈ, ਪਿੰਡ ਥਰੀਕ, ਮੈਂ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਹਾਂ ਇੱਥੇ ਦਾ ਇੰਚਾਰਜ। ਇਹ ਜਿਹੜਾ ਕੁਛ ਵੀ ਹੋ ਰਿਹਾ ਵਾ, ਇਹ ਸਰਦਾਰ ਜੀਵਨ ਸਿੰਘ ਸੰਗੋਵਾਲ MLA ਉਹਨਾਂ ਦੀ ਰਹਿਨਮਾਈ ਹੇਠ ਹੋ ਰਿਹਾ, ਉਹਨਾਂ ਤੋਂ ਪਰਮਿਸ਼ਨ ਲੈ ਚੁੱਕੇ ਹਾਂ। ਤੁਸੀਂ ਗੱਲ ਕਰ ਰਹੇ ਹੋ ਕੁੰਡੀ ਦੀ, ਆਂਗਨਵਾੜੀ ਦੀ ਜਿਹੜਾ ਆ ਪੱਖਾ ਹੈ ਅਤੇ ਕੁੰਡੀ ਅਸੀਂ ਸਾਡੀ ਨਹੀਂ ਲੱਗੀ ਹੋਈ, ਇਹ ਆਂਗਨਵਾੜੀ ਆਲਰੇਡੀ ਪਹਿਲਾਂ ਤੋਂ ਹੀ ਲਗਾ ਰੱਖੀ ਹੈ, ਪੁਰਾਣੇ ਸਾਲ ਦੇ 1.5 ਸਾਲ ਤੋਂ ਇਹ ਕੁੰਡੀ 'ਤੇ ਹੀ ਚੱਲ ਰਿਹਾ। ਬਟ ਜਿਹੜੀ ਸਾਡੀ ਕਨੈਕਸ਼ਨ ਦੀ ਗੱਲ ਕਰ ਰਹੇ ਹੋ, ਮੈਂ ਆਪਦੇ ਘਰੋਂ ਚੱਕ ਕੇ ਉਹ ਸਟੈਂਕਸ਼ਨ ਲਗਾਇਆ ਹੋਇਆ, ਉਹਦੇ ਨਾਲ ਮੈਂ ਆਪਦੇ ਘਰੋਂ ਚੱਕ ਕੇ ਲੈਪਟਾਪ ਵਗੈਰਾ ਜੋ ਵੀ ਮਸ਼ੀਨ ਚੱਲਦੀ ਹੈ, ਇੰਟਰਨੈਟ ਵਗੈਰਾ ਜੋ ਵੀ ਪ੍ਰੋਵੀਜ਼ਨ ਹੈ, ਉਹ ਆਪਣੇ ਘਰੋਂ ਦਿੱਤਾ ਹੋਇਆ, ਇਹ ਸਾਡਾ ਕੁੰਡੀ ਦਾ ਕੋਈ ਲੈਣ ਦੇਣਾ ਨਹੀਂ। ਤੁਸੀਂ 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 ਇਹ ਗੱਲ ਕਹੀ ਹੈ, ਕਹਿੰਦੇ ਵੀ 1.5 ਸਾਲ ਤੋਂ ਆਂਗਨਵਾੜੀ ਦੇ ਵਿੱਚ ਐਜ਼ ਇਟ ਇਜ਼ ਹੀ ਕੁੰਡੀ ਚੱਲ ਰਹੀ ਸੀ, ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਅ ਦੇ ਨਾਮ ਤੋਂ ਆਈ ਹੈ, ਤੇ ਤੁਸੀਂ ਸਰਕਲ ਪ੍ਰਧਾਨ ਹੋ ਕੇ ਇੱਕ ਕੁੰਡੀ ਕਿਉਂ ਨਹੀਂ ਹਟਾਈ ਤੇ ਇੱਥੇ ਮੀਟਰ ਕਿਉਂ ਨਹੀਂ ਲਵਾਇਆ? ਐਕਚੁਅਲੀ ਇਹਨਾਂ ਦੇ ਜਿਨ੍ਹਾਂ ਇਹਦੇ ਵਾਸਤੇ ਅਸੀਂ ਕੰਪਲੇਂਟ ਵੀ ਦਿੱਤੀ ਹੋਈ ਹੈ, ਕੰਪਲੇਂਟ ਵੀ ਦਿੱਤੀ ਹੈ, ਸਰਪੰਚ ਨੂੰ ਦਿੱਤੀ ਹੈ, ਸੜਕ ਵਾਸਤੇ ਵੀ ਕੰਪਲੇਂਟ ਦਿੱਤੀ ਹੈ, ਬਟ ਸਰਪੰਚ ਇਸ ਵੇਲੇ ਹੈ ਹੀ ਨਹੀਂ, ਸਰਪੰਚ ਛੱਡ ਕੇ ਚਲਾ ਗਿਆ ਕੈਨੇਡਾ, ਅਤੇ ਹਲੇ ਜਿਹੜਾ ਇਹਨਾਂ ਨੂੰ ਜਿਹੜਾ ਉਹਨਾਂ ਨੇ ਅਧਾਰ ਲਗਾਉਣਾ ਸੀਗਾ, ਨਾ ਕਿਸੇ ਨੂੰ ਕੋਈ ਅਹੁਦਾ ਦੇ ਕੇ ਗਿਆ, ਨਾ ਉਹਦਾ ਕੋਈ ਸੁਣਵਾਈ ਨਹੀਂ ਹੋਏਗੀ ਸਾਡੇ। ਅਸੀਂ ਵੀ ਪਰਮਿਸ਼ਨ ਲੈ ਕੇ ਕਰਵਾ ਰਹੇ ਹਾਂ ਕੰਮ, ਜੋ ਵੀ ਸੰਗਵਾਲ ਸਾਹਿਬ ਨੂੰ ਇਹਨਾਂ ਨੂੰ ਕਿਹਾ ਵੀ, ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆ ਕਰਵਾਓ, ਅਤੇ ਅਸੀਂ ਜਲਦ ਤੋਂ ਜਲਦ ਜੋ ਵੀ ਕਾਰਵਾਈ ਹੋਊਗੀ ਜਿਹਨੂੰ ਵੀ ਇਹ ਸਰਪੰਚ ਅਧਾਰਿਤ ਸਰਪੰਚ ਲਗਾਉਣਗੇ, ਫਿਰ ਉਸ ਤੋਂ ਇਹ ਕੰਮ ਅੱਗੇ ਕਰਵਾਵਾਂਗੇ। ਜੀ, ਹਾਂ, ਅਸੀਂ ਇਹ ਤਾਂ ਦੇਖਿਆ ਹੋਇਆ ਸੀਗਾ, ਅਸੀਂ ਇਹ ਸਰਪੰਚ ਸਾਹਿਬ ਨੂੰ ਵੀ ਕਹਿਤਾ ਸੀਗਾ ਜਿਹੜਾ ਇਹ ਕੁੰਡੀ ਦੇ ਵਿੱਚ ਚੱਲਦਾ ਜੀ, ਇਹ ਸਰਪੰਚ ਸਾਹਿਬ ਨੇ ਵੀ ਇਹ ਕਿਹਾ ਹੋਇਆ ਸੀਗਾ ਵੀ ਇਸ ਕੁੰਡੀ ਤੇ ਚੱਲਦਾ ਵਾ। ਨਹੀਂ, ਕੁੰਡੀ ਅਸੀਂ ਉਹ ਤਾਂ ਕਿਹਾ ਵੀ ਸੀਗਾ, ਉਹਨਾਂ ਵੀ ਕੁੰਡੀ ਲੱਗੀ ਆ, ਸਾਨੂੰ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਕੁੰਡੀ ਤੋਂ ਨਹੀਂ ਚਲਾਉਣਾ, ਤੁਸੀਂ ਆਪਦਾ ਪਰਸਨਲ ਚਲਾ ਸਕਦੇ ਹੋ, ਅਸੀਂ ਪਰਸਨਲ ਚਲਾਇਆ ਹੋਇਆ ਆਪਦਾ, ਕੁੰਡੀ ਤੋਂ ਨਹੀਂ ਕੁਛ ਵੀ ਚਲਾਇਆ। ਇਸ ਅਸੀਂ ਤਾਂ ਜੀ ਬਿਲਕੁਲ ਜੀ, ਕੈਂਪ ਤਾਂ ਅਸੀਂ ਆਪਦਾ ਪਰਸਨਲੀ ਲਗਾਇਆ ਹੋਇਆ ਨਾ, ਅਸੀਂ ਕੁੰਡੀ ਤੋਂ ਕੋਈ ਸਾਡਾ ਲੈਣਾ ਦੇਣਾ ਨਹੀਂ, ਅਸੀਂ ਕਿਹਾ ਵੀ ਕਹਿ ਵੀ ਰਹੇ ਹਾਂ ਅਸੀਂ ਵੀ ਕੰਪਲੇਂਟ ਅਸੀਂ ਦਿੱਤੀ ਹੋਈ ਹੈ ਆਲਰੇਡੀ। ਹੁਣ ਸਰ ਇਹ ਤਾਂ ਮੈਮ ਤੁਸੀਂ ਇਹ ਤਾਂ ਸਵਾਲ ਤੁਸੀਂ ਆਂਗਨਵਾੜੀ ਦੇ ਜਾਂ ਸਰਪੰਚ ਨੂੰ ਵੀ ਕਰ ਸਕਦੇ ਹੋ ਨਾ, ਇਹ ਅਸੀਂ MLA ਦੀ ਰਹਿਨਮਾਈ ਹੇਠ ਕੈਂਪ ਲਵਾਇਆ ਤੇ ਤੁਸੀਂ MLA ਨੂੰ ਦੱਸਿਆ ਨਹੀਂ ਕਿ ਬਿਜਲੀ ਦੇ ਥੱਲੇ ਸਟਾਫ ਨੂੰ ਬੈਠਣ ਦੇ ਲਈ ਕੋਈ ਫੈਸਿਲਿਟੀ ਨਹੀਂ ਹੈ? ਨਹੀਂ ਹੈ, ਇਹ ਹੈਗੀ ਆ, ਕਿਹਾ ਹੋਇਆ ਸੀਗਾ ਉਹਨਾਂ ਨੂੰ,
ਅਸੀਂ ਕਿਹਾ ਸੀਗਾ ਕਹਿੰਦੇ ਵੀ ਹਾਂ ਅਸੀਂ ਉਹਦੇ ਨਾਲ ਗੱਲ ਕਰਦੇ ਹਾਂ, ਗੱਲ ਕਰਕੇ ਫਿਰ ਕਰਦੇ ਹਾਂ, ਬਟ ਹੁਣ ਉਹ ਸਰਪੰਚ ਹੈ ਨਹੀਂ ਗਾ ਹੁਣ ਧਾਰਿਤ, ਕਿਹੜਾ ਵੀ ਜਿਹੜਾ ਵੀ ਬੰਦਾ ਲਗਾਏਗੇ ਉਹਨਾਂ ਤੋਂ ਫਿਰ ਗਾਹਾਂ ਦੇਖੋ ਮੀਟਰ ਅਪਲਾਈ ਕਰਾਵਾਂਗੇ। ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਤੁਸੀਂ MLA ਸਰਦਾਰ ਜੀਵਨ ਸਿੰਘ ਸੰਗੋਵਾਲ ਨੂੰ ਦੱਸਿਆ ਕਿ ਸਟਾਫ ਦੇ ਬੈਠਣ ਦੇ ਲਈ ਪੱਖੇ ਦੀ ਫੈਸਿਲਿਟੀ ਦੇ ਲਈ ਕੁੰਡੀ ਲਗਾਉਣੀ ਪਏਗੀ, ਬਿਜਲੀ ਦਾ ਪ੍ਰਬੰਧ ਨਹੀਂ ਹੈ? ਨਹੀਂ, ਇਹ ਉਹਨਾਂ ਨੂੰ ਨੌਲੇਜ ਨਹੀਂ ਹੈਗੀ। ਤੇ ਜਾਣਕਾਰੀ ਕਿਹਨੇ ਦੇਣੀ ਸੀ ਫਿਰ? ਇਹ ਨੌਲੇਜ ਅਸੀਂ ਨਹੀਂ ਦਿੱਤੀ ਹੈਗੀ। ਤੁਹਾਨੂੰ ਸਰਕਲ ਪ੍ਰਧਾਨ ਕਾਹਦੇ ਲਈ ਲਗਾਇਆ ਹੋਇਆ? ਇਹ ਅਸੀਂ ਉਹਦੇ ਵਾਸਤੇ ਦਿੱਤਾ ਹੈ, ਬਟ ਉਹਨਾਂ ਨੂੰ ਇਹ ਕਨਫਰਮ ਆ ਵੀ ਇੱਥੇ ਕੁੰਡੀ ਚੱਲਦੀ ਪਈ ਹੈ। ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਤੁਹਾਨੂੰ ਸਰਕਲ ਪ੍ਰਧਾਨ ਕਿਸ ਕੰਮ ਲਈ ਲਾਇਆ ਹੋਇਆ? ਜੀ ਹਾਂ, ਇਹ ਆਹੀ ਕੰਮ ਆਮ ਆਦਮੀ ਪਾਰਟੀ ਜਿਹੜੀ ਸੰਭਾਲਣ ਵਾਸਤੇ, ਇਹਦੇ ਪ੍ਰਚਾਰ ਪ੍ਰਸਾਰ ਕਰਨ ਵਾਸਤੇ, ਤੇ ਜਿਹੜਾ ਕੰਮ ਪੈਂਡਿੰਗ ਪਿੰਡਾਂ ਦੇ ਵਿੱਚ ਪੈਂਡਿੰਗ ਕੰਮ ਨੇ ਉਹ ਸੰਗਵਾਲ ਤੱਕ ਲੈ ਕੇ ਜਾਣ ਵਾਸਤੇ। ਜੀ ਕਾਰਵਾਈ ਹੁਣ ਸਰ ਲਿਖਤੀ ਰੂਪ 'ਚ ਦਿੱਤਾ ਹੋਇਆ, ਅਸੀਂ ਦੱਸਿਆ ਹੋਇਆ ਉਹਨਾਂ ਨੂੰ। ਹਾਂ, ਇਹ ਹੋ ਗਿਆ ਜੀ, ਮਤਲਬ ਸਰਪੰਚ ਜਾਣ ਤੋਂ 1-1.5 ਮਹੀਨੇ ਪਹਿਲਾਂ ਦੀ ਗੱਲ ਹੈ। ਹਾਂ, ਦੱਸਿਆ ਜੀ ਜੀ 1.5 ਮਹੀਨੇ ਦੇ ਵਿੱਚ MLA ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ। ਕਾਰਵਾਈ ਹਲ ਉਦੋਂ ਤੇ ਫਿਰ ਆਪਣੇ ਟੁੱਟ ਗਏ ਸੀ ਨਾ, ਆਪਣੇ ਜਿਹੜਾ ਉਹਨੂੰ ਅਨਾਊਂਸ ਹੋ ਗਿਆ ਸੀਗਾ ਸਰਪੰਚ ਦਾ। ਨਹੀਂ, ਇਹਦਾ ਕੋਈ ਲਿੰਕ ਨਹੀਂ ਹੈਗਾ। ਖੜੇ ਆ ਪਿੰਡ ਤਰੀਕੇ ਦੇ ਆਂਗਨਵਾੜੀ ਸੈਂਟਰ ਦੇ ਵਿੱਚ, ਜਿੱਥੇ ਤੁਸੀਂ ਦੇਖਿਆ ਕਿ ਆਧਾਰ ਕਾਰਡ ਬਣਾਏ ਜਾ ਰਹੇ ਨੇ, ਔਰ ਤੁਸੀਂ ਇਹ ਵੀ ਦੇਖਿਆ ਹੋਏਗਾ ਕਿ ਆਧਾਰ ਕਾਰਡ ਬਣਾਉਣ ਵਾਲਾ ਜਿਹੜਾ ਸਟਾਫ ਹੈ ਉਹ ਪੰਜਾਬੀ ਨਹੀਂ ਹੈ। ਔਰ ਦੂਸਰੀ ਚੀਜ਼ ਸਭ ਤੋਂ ਵੱਡੀ ਕਿ ਆਧਾਰ ਕਾਰਡ ਜਿਹੜਾ ਬਣ ਰਿਹਾ ਉੱਥੇ ਪੱਖਾ ਚੱਲ ਰਿਹਾ, ਪੱਖੇ ਦੇ ਲਈ ਜੋ ਬਿਜਲੀ ਦੀ ਵਰਤੋਂ ਹੋ ਰਹੀ ਹੈ ਉਹ ਡਾਇਰੈਕਟ ਟਰਾਂਸਫਾਰਮਰ ਤੋਂ ਕੁੰਡੀ ਲਾਈ ਗਈ ਹੈ। ਔਰ ਕੁੰਡੀ ਦੇ ਸੰਬੰਧ ਦੇ ਵਿੱਚ ਜਦੋਂ MLA ਨੂੰ ਕਾਲ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ, ਬਟ ਜਿਸ ਤਰ੍ਹਾਂ ਹੀ ਕਾਲ ਕੀਤੀ ਗਈ ਪਿੰਡ ਤਰੀਕੇ ਤੋਂ ਲੋਕਾਂ ਦੀ ਭਲਾਈ ਦੇ ਲਈ ਐਕਟਿਵ ਗਗਨ ਸਿੰਘ ਤਰੀਕੇ ਦੇ ਨਾਲ, ਤਾਂ ਉਹ ਤੁਰੰਤ ਇਸ ਜਗ੍ਹਾ ਦੇ ਉੱਤੇ ਪਹੁੰਚੇ। ਆਓ ਆਪਾਂ ਗੱਲਬਾਤ ਕਰਦੇ ਹਾਂ ਗਗਨ ਸਿੰਘ ਤਰੀਕੇ ਦੇ ਨਾਲ। ਗਗਨ ਜੀ, ਜੇਕਰ ਆਪਾਂ ਗੱਲ ਕਰੀਏ ਤੁਹਾਡੀ ਆਂਗਨਵਾੜੀ ਸੈਂਟਰ ਦੀ, ਤੁਸੀਂ ਵੀ ਦੇਖ ਰਹੇ ਹੋ ਕਿੱਥੇ ਕੁੰਡੀ ਲੱਗੀ ਹੋਈ ਹੈ ਡਾਇਰੈਕਟ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇਹ ਕੁੰਡੀ ਤਾਂ ਹੈਗੀ ਗਲਤ, ਨਜਾਇਜ਼ ਆ, ਕਿਹਨੇ ਲਵਾਈ ਆ ਇਹਦੇ ਲਈ ਉਹ ਬੰਦਾ ਜ਼ਿੰਮੇਦਾਰ ਆ। ਪਰ ਇਸ ਸੰਬੰਧ 'ਚ ਆਂਗਨਵਾੜੀ ਸਟਾਫ ਨਾਲ ਮੇਰੀ ਬਹੁਤ ਵਾਰ ਗੱਲ ਹੋਈ, ਉਹਨਾਂ ਨੇ ਪਿਛਲੇ 5-7 ਸਾਲ ਤੋਂ ਕਹਿ ਰਹੇ ਕਿ ਅਸੀਂ ਸਰਪੰਚ ਨੂੰ ਲਿਖਤੀ ਵੀ ਦਿੱਤਾ, ਆਪਦੇ ਅਫਸਰਾਂ ਨੂੰ ਵੀ ਲਿਖਤੀ ਦਿੱਤਾ ਕਿ ਇੱਥੇ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ, ਪਰ ਅੱਜ ਤੱਕ ਇੱਥੇ ਬਿਜਲੀ ਦਾ ਪ੍ਰਬੰਧ ਕਿਉਂ ਨਹੀਂ ਹੋਇਆ? ਪਿਛਲੇ 5 ਸਾਲ ਤੋਂ ਇਸ ਭਾਈਚਾਰੇ ਦਾ ਹੀ ਸਰਪੰਚ ਸੀ, ਕੋਲ ਹੀ ਬਿਲਕੁਲ ਘਰ ਆ ਉਹਨਾਂ ਦਾ, ਵੀ ਘਰ ਛੱਡ ਕੇ ਉਹ ਕਿਉਂ ਨਹੀਂ ਇੱਥੇ ਸਾਫ਼ ਸਫਾਈ ਦਾ ਜਾਂ ਬਿਜਲੀ ਦਾ ਪ੍ਰਬੰਧ ਕਰ ਸਕੇ, ਇਹਦੇ ਬਾਰੇ ਤਾਂ ਉਹ ਦੱਸ ਸਕਦੇ ਆ। ਪਰ ਇਹ ਹੈ ਸਾਰਾ ਕੁਝ ਗਲਤ ਆ, ਲੋਕਾਂ ਦੀ ਭਲਾਈ ਲਈ ਇਹ ਜਗ੍ਹਾ ਵਾ, ਇਹਨੂੰ ਆਪਾਂ ਧਰਮਸ਼ਾਲਾ ਕਹਿੰਦੇ ਹਾਂ ਅੰਗਰੇਜ਼ੀ 'ਚ, ਇਹਨੂੰ ਕਮਿਊਨਿਟੀ ਸੈਂਟਰ ਕਹਿ ਲਈਏ, ਪਰ ਇੱਥੇ ਕਮਿਊਨਿਟੀ ਵਾਲੀਆਂ ਸਰਵਿਸਿਜ਼ ਕੋਈ ਹੈ ਨਹੀਂ, ਤੁਹਾਡੇ ਸਾਹਮਣੇ ਹੀ ਆ ਗੰਦ ਕਿੰਨਾ, ਔਰ ਨਾਲ ਹੀ ਬਿਲਕੁਲ ਬਾਹਰ ਕੂੜੇ ਦੇ ਢੇਰ ਲੱਗੇ ਆ, ਅਤੇ ਇਹ ਕੀ ਪ੍ਰਬੰਧ ਆ? ਔਰ ਜਦੋਂ ਇਲੈਕਸ਼ਨ ਹੋਏ ਸੀ ਅਤੇ ਅਕਾਲੀ ਅਤੇ ਕਾਂਗਰਸੀ ਇੱਕ ਪੋਸਟਰ ਦੇ ਉੱਤੇ ਇਕੱਠੇ ਸੀ, ਅਤੇ ਉਹ ਕਹਿੰਦੇ ਸੀ ਕਿ ਅਸੀਂ ਪਿੰਡ ਦੇ ਵਿਕਾਸ ਲਈ ਹਾਂ, ਪਿੰਡ ਨੂੰ ਇੱਕ ਨਵੀਂ ਸੋਚ ਦੇਵਾਂਗੇ, ਅਤੇ ਨਵੀਂ ਸੋਚ ਤੁਹਾਡੇ ਸਾਹਮਣੇ ਆ, ਪਿੰਡ ਦੇ ਚਾਰੇ ਪਾਸੇ ਕੂੜਾ ਵਾ, ਸੀਵਰੇਜ ਦਾ ਪਾਣੀ ਆ, ਕਮਿਊਨਿਟੀ ਸੈਂਟਰ 'ਚ ਧਰਮਸ਼ਾਲਾ 'ਚ ਬਿਜਲੀ ਦਾ ਪ੍ਰਬੰਧ ਹੈ ਨਹੀਂ, ਸਫਾਈ ਦਾ ਪ੍ਰਬੰਧ, ਕੋਈ ਐਡਵਰਟਾਈਜ਼ਮੈਂਟ ਵੀ ਇਸ ਬਾਰੇ ਨਹੀਂ ਹੋਈ, ਨਾ ਸੋਸ਼ਲ ਮੀਡੀਆ 'ਤੇ, ਨਾ ਕਿਸੇ ਨੂੰ ਪਤਾ। ਇਹ ਤਾਂ ਤੁਸੀਂ ਮੈਨੂੰ ਫੋਨ ਕੀਤਾ ਅਤੇ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਕੈਂਪ ਲੱਗਿਆ ਅਤੇ ਸਟਾਫ ਬੈਠਾ। ਪਿੰਡ 'ਚ ਤਾਂ ਮੈਨੂੰ ਲੱਗਦਾ ਕਿਸੇ ਨੂੰ ਪਤਾ ਨਹੀਂ, ਨਾ ਕੋਈ ਅਨਾਊਂਸਮੈਂਟ ਹੋਈ ਹੈ ਵੀ ਕੈਂਪ ਲੱਗਿਆ।